ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਦਿਸ ਵੀਡੀਓ ਆਹ ਵਾਲੀ ਵੀਡੀਓ ਹੋਣ ਵਾਲੀ ਆ ਉਸ ਕਾਲਜ ਦੇ ਉੱਤੇ ਜਿਹਦੇ ਵਿੱਚ ਮੈਂ ਆਇਆ ਸੀਗਾ ਕੋਲੰਬੀਆ ਕਾਲਜ ਅਤੇ ਮੇਰਾ ਹੁਣ ਪੰਜਵਾਂ ਸਮੈਸਟਰ ਆ ਤਾਂ ਮੈਨੂੰ ਇਹ ਕਾਲਜ ਦੇ ਬਾਰੇ ਬਹੁਤ ਚੀਜ਼ਾਂ ਪਤਾ ਆ ਕਿਉਂਕਿ ਮੈਂ ਇਸ ਕਾਲਜ ਦੇ ਵਿੱਚ ਹਾਂ ਕੋਲੰਬੀਆ ਕਾਲਜ 1936 ਦੇ ਵਿੱਚ ਇਸਟੈਬਲਿਸ਼ ਹੋਇਆ ਸੀਗਾ ਅਤੇ ਇੱਕ ਪ੍ਰਾਈਵੇਟ ਕਾਲਜ ਆ ਅਤੇ ਤੁਸੀਂ ਇੱਥੋਂ ਹਿਸਾਬ ਲਾ ਲਿਆ ਹੋਣਾ ਕਿ ਇਹ ਕਾਲਜ ਉੱਦਾਂ ਦੇ ਕਾਲਜਾਂ ਵਰਗਾ ਨਹੀਂ ਗਾ ਜਿੱਦਾਂ ਦੇ ਕਾਲਜ ਸੀਗੇ ਉੱਧਰ ਕਿਊਬੈਕ ਵਾਲੇ ਜੋ ਕਿ ਲੋਕਾਂ ਨੂੰ ਆਫਰ ਲੈਟਰ ਦੇ ਕੇ ਅਤੇ ਬੰਦ ਹੋ ਗਏ ਸੀਗੇ ਜੋ ਕਿ ਲੋਕਾਂ ਨੇ ਪ੍ਰੋਟੈਸਟ ਵੀ ਕੀਤੇ ਸੀਗੇ ਇਹ ਉਹਨਾਂ ਵਰਗਿਆਂ ਕਾਲਜਾਂ ਵਰਗਾ ਨਹੀਂ ਹੈਗਾ ਇਹਨੂੰ ਆਲਮੋਸਟ 80+ ਈਅਰਸ ਹੋ ਗਿਆ ਹਜੇ ਤੱਕ ਜਿਉਂਦਾ ਆ ਅਤੇ ਬਹੁਤ ਐਕਸਪੈਂਡ ਕਰ ਰਿਹਾ ਸਮਾਂ ਇਹਨੇ ਹੁਣ ਥੱਲੇ ਜਿਹੇ ਰੈਨੋਵੇਸ਼ਨ ਕੀਤੀ ਸੀਗੀ ਹੋਰ ਕਾਉਂਸਲਰਸ ਆਏ ਆ ਉਹਨਾਂ ਦੇ ਲਈ ਆਫਿਸਰਸ ਬਣਾਏ ਸੀਗੇ ਥੱਲੇ ਇਹਨਾਂ ਨੇ ਕੀਤੀ ਸੀਗੀ ਅਤੇ ਜੇ ਤੁਹਾਨੂੰ ਕੋਈ ਕੁਐਸਚਨ ਹੁੰਦਾ ਆ ਜੇ ਤੁਸੀਂ ਆਲਰੇਡੀ ਫਸਟ ਸੈਮੈਸਟਰ ਦੇ ਸਟੂਡੈਂਟ ਆ ਤੁਹਾਨੂੰ ਕੋਈ ਕੁਐਸਚਨ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਤੁਸੀਂ ਸਟੂਡੈਂਟ ਸਰਵਿਸਿਸ ਦੇ ਕੋਲ ਜਾ ਸਕਦੇ ਹਾਂ ਉਹ ਵੀ ਸਟੂਡੈਂਟ ਹੀ ਹੁੰਦਾ ਜੇ ਜੋ ਕਿ 5 ਸਮੈਸਟਰ ਤੋਂ ਲਾਗੇ ਹੁੰਦੇ ਉਹਨਾਂ ਦੇ ਉਹ ਉੱਥੇ ਕੰਮ ਕਰਦੇ ਆ ਅਤੇ ਤੁਹਾਨੂੰ ਗਾਈਡ ਕਰਦੇ ਕਿ ਤੁਹਾਡਾ ਸਾਰਾ ਟਾਈਮ ਇਨ ਵੈਨਕੂਵਰ ਵਧੀਆ ਤਰੀਕੇ ਨਾਲ ਗੁਜ਼ਰੇ ਇਹਦੇ 3 ਇਨਟੇਕ ਹੁੰਦੇ ਆ ਸੈਪਟੈਂਬਰ ਇਨਟੇਕ ਜਨਵਰੀ ਇਨਟੇਕ ਅਤੇ ਮੇਅ ਇਨਟੇਕ ਹਾਓ ਲੌਂਗ ਡਜ਼ ਇਟ ਟੇਕ ਟੂ ਗੈਟ ਦ ਆਫਰ ਲੈਟਰ ਸੋ ਔਨ ਐਵਰੇਜ 3 ਹਫ਼ਤੇ ਲੱਗਦੇ ਆ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਸਟੂਡੈਂਟ ਸਰਵਿਸਿਸ ਨੂੰ ਕਿੰਨਾ ਟਾਈਮ ਲੱਗਦਾ ਕਹਿੰਦੇ ਕਿ 3 ਹਫ਼ਤੇ ਲੱਗਦੇ ਆ ਪਰ ਯੂਸ਼ਅਲੀ ਤੁਹਾਨੂੰ ਜੇ ਤੁਸੀਂ ਹੋਪਸ ਨਾ ਆਪਣੀਆਂ ਹਾਈ ਰੱਖੋ ਤਾਂ ਐਟਲੀਸਟ ਤੁਸੀਂ ਕਹਿ ਕੇ ਆਪਣਾ ਨੂੰ ਮੰਨ ਕੇ ਚੱਲੋ ਕਿ ਮਹੀਨਾ ਲੱਗਦਾ ਆ ਪਰ ਮਹੀਨੇ ਤੋਂ ਘੱਟ ਹੀ ਲੱਗਦਾ ਪਰ ਤੁਸੀਂ ਮੰਨ ਕੇ ਚੱਲੋ ਮਹੀਨਾ ਲੱਗਦਾ ਆ ਇਹ ਕਾਲਜ ਕਿੱਦਾਂ ਦਾ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਕੁਐਸਚਨ ਆ ਅਤੇ ਇਹ ਕਾਲਜ ਬਹੁਤ ਜ਼ਿਆਦਾ ਵਧੀਆ ਕਾਲਜ ਆ ਅਤੇ ਜੇ ਮੈਂ ਮੇਰਾ ਜੇ ਕੋਈ ਮੇਰਾ ਫਰੈਂਡ ਹੋਊਗਾ ਮੈਂ ਉਹਨੂੰ 100% ਰੈਕਮੈਂਡ ਕਰੂੰਗਾ ਇਸ ਕਾਲਜ ਦੇ ਵਿੱਚ ਆਉਣ ਦੇ ਲਈ ਅਤੇ ਇਹਦੇ ਬਹੁਤ ਰੀਜ਼ਨ ਆ ਸਭ ਤੋਂ ਪਹਿਲਾ ਰੀਜ਼ਨ ਇਹਦਾ ਇਹ ਆ ਕਿ ਇਹ 3 ਦਾ ਵਰਕ ਪਰਮਿਟ ਦਿੰਦਾ ਆ 3 ਦਾ ਵਰਕ ਪਰਮਿਟ ਦਿੰਦਾ ਆ ਤੁਹਾਡੀ 2 ਦੀ ਸਟੱਡੀ ਹੋਣ ਤੋਂ ਬਾਅਦ ਤੁਸੀਂ ਇਹ 2 ਦੀ ਸਟੱਡੀ ਜਲਦੀ ਵੀ ਮੁਕਾ ਸਕਦੇ ਆ ਜ਼ਿਆਦਾ ਕੋਰਸਿਸ ਲੈ ਕੇ ਟੋਟਲ ਤੁਹਾਨੂੰ 20 ਕੋਰਸ ਕਰਨੇ ਪੈਂਦੇ ਜੇ ਤੁਸੀਂ ਜਨਰਲ ਆਰਟਸ ਦੀ ਡਿਗਰੀ ਕਰਦੇ ਆ ਅਤੇ 21 ਕੋਰਸਿਸ ਕਰਨੇ ਹੁੰਦੇ ਜੇ ਤੁਸੀਂ ਬਿਜ਼ਨਸ ਦੀ ਡਿਗਰੀ ਕਰਦੇ ਆ ਅਤੇ ਇਹ ਤੁਸੀਂ ਜਲਦੀ ਵੀ ਕਰ ਸਕਦੇ ਆ ਯੂਸ਼ਅਲੀ ਲੋਕ ਨੋਰਮਲ ਬੰਦੇ 6 ਸਮੈਸਟਰਾਂ 'ਚ ਖਤਮ ਕਰਦੇ ਆ ਅਤੇ ਕੋਈ 5 ਸਮੈਸਟਰਾਂ 'ਚ ਖਤਮ ਕਰ ਦਿੰਦੇ ਆ ਜਿਨ੍ਹਾਂ ਨੂੰ ਥੋੜ੍ਹੀ ਜ਼ਿਆਦਾ ਕਾਹਲੀ ਹੁੰਦੀ ਹੈ ਜਿੱਦਾਂ ਕਿ ਮੈਨੂੰ ਆ ਥੋੜ੍ਹੀ ਕਾਹਲੀ ਆ ਕਿ ਮੈਂ ਜਲਦੀ ਜਲਦੀ ਸਟੱਡੀ ਖਤਮ ਕਰਾਂ ਅਤੇ ਜਲਦੀ ਵਰਕ ਪਰਮਿਟ ਲੈ ਲਵਾਂ ਅਤੇ ਜਲਦੀ ਜਲਦੀ PR ਲੈ ਜਾਵਾਂ ਅਤੇ ਬਣ ਜਾਵਾਂ ਕੈਨੇਡਾ ਪੱਕਾ ਕੈਨੇਡਾ ਵਾਲਾ ਬਣ ਜਾਵਾਂ ਜਲਦੀ ਤੋਂ ਜਲਦੀ ਅਤੇ ਕੋਲੰਬੀਆ ਕਾਲਜ ਦੇ ਕੋਲ ਇੱਕ ਹੀ ਬਿਲਡਿੰਗ ਆ ਜਿਹਦੇ ਵਿੱਚ 5 ਫਲੋਰ ਸਾਡਾ ਸੈਕਿੰਡ ਲੈਵਲ ਆ ਗਿਆ ਸੈਕਿੰਡ ਲੈਵਲ ਅਕਾਊਂਟਸ ਡਿਪਾਰਟਮੈਂਟ ਅਤੇ ਸਟੂਡੈਂਟ ਸਰਵਿਸਿਸ ਦੇ ਕਾਊਂਸਲਰ ਅਤੇ ਐਡਵਾਈਸਰ ਜੇ ਤੁਹਾਨੂੰ ਸਬਜੈਕਟਸ ਲੈਣ ਦੇ ਉੱਤੇ ਗਾਈਡ ਕਰਦੇ ਆ ਅਤੇ ਤੁਸੀਂ ਆਪਣੀ ਅਕਾਊਂਟਸ ਦੇ ਵਿੱਚ ਅਕਾਊਂਟਸ ਡਿਪਾਰਟਮੈਂਟ 'ਚ ਜਾ ਕੇ ਤੁਸੀਂ ਆਪਣੀ ਫੀਸ ਭਰ ਸਕਦੇ ਆ ਅਤੇ ਉਸ ਤੋਂ ਬਾਅਦ ਸਾਡੀ ਲਾਇਬ੍ਰੇਰੀ ਵੀ ਸੈਕਿੰਡ ਫਲੋਰ 'ਤੇ ਅਤੇ ਵਾਸ਼ਰੂਮਸ ਆ ਅਤੇ ਲਾਇਬ੍ਰੇਰੀ ਸਾਡੀ ਬਹੁਤ ਵੱਡੀ ਆ ਡਾਊਨ ਟਾਊਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹਦੀ ਲਾਇਬ੍ਰੇਰੀ ਬਹੁਤ ਵੱਡੀ ਆ ਕੰਪੇਅਰ ਟੂ ਅਲੈਗਜ਼ੈਂਡਰ ਕਾਲਜ ਇਹ ਮੈਂ ਅਲੈਗਜ਼ੈਂਡਰ ਵਾਲਿਆਂ ਦੀ ਬੁਰਾਈ ਨਹੀਂ ਕਰ ਰਿਹਾ ਪਰ ਉਹਨਾਂ ਦੀ ਲਾਇਬ੍ਰੇਰੀ ਠੀਕ ਆ ਸਾਡੀ ਲਾਇਬ੍ਰੇਰੀ ਬਹੁਤ ਜ਼ਿਆਦਾ ਵੱਡੀ ਆ ਕੰਪੇਅਰ ਟੂ ਉਹਨਾਂ ਦੀ ਲਾਇਬ੍ਰੇਰੀ ਅਤੇ 3 ਫਲੋਰ 'ਤੇ ਕਲਾਸਾਂ ਲੱਗਦੀਆਂ 4 ਫਲੋਰ 'ਤੇ ਕਲਾਸਾਂ ਲੱਗਦੀਆਂ 5 ਫਲੋਰ 'ਤੇ ਬਸ 2 ਹੀ ਕਲਾਸਾਂ ਆ ਬਾਕੀ ਸਾਰਾ ਟੀਚਰਸ ਸਟਾਫ ਰੂਮ ਆ ਉੱਥੇ ਮਤਲਬ ਜੇ ਤੁਹਾਨੂੰ ਕੋਈ ਕੁਐਸਚਨ ਤੁਸੀਂ ਉੱਥੇ ਆ ਕੇ ਟੀਚਰਾਂ ਨੂੰ ਪੁੱਛ ਸਕਦੇ ਆ ਇਹ ਕਾਲਜ ਦਾ ਲੋਕੇਸ਼ਨ ਵੀ ਬਹੁਤ ਸੋਹਣੀ ਆ ਜਿੱਦਾਂ ਕਿ ਤੁਸੀਂ ਹੁਣ ਵੀਡੀਓ ਵਿੱਚ ਦੇਖ ਸਕਦੇ ਆ ਇਹਦੇ ਥੱਲੇ ਸਬਵੇ ਆ ਉਹ ਤੋਂ ਨਾਲ ਹੀ ਇਹਦਾ ਪਾਪਾ ਜੋਨਸ ਵੀ ਹੈਗਾ ਆ ਅਤੇ ਇੱਕ ਬੀਬੀਸ ਕਿਚਨ ਵੀ ਹੈਗਾ ਜਿੱਥੇ ਤੁਹਾਨੂੰ ਪਰੌਂਠੇ ਵੀ ਮਿਲਦੇ ਆ ਸਭ ਕੁਛ ਮਿਲਦਾ ਆ ਅਤੇ ਥੋੜ੍ਹਾ ਜਿਹਾ ਤੁਰ ਕੇ ਹੀ ਜਿੱਦਾਂ 100 ਮੀਟਰ ਤੁਰ ਕੇ ਤੁਹਾਨੂੰ ਮਿਲਦਾ ਟਿਮ ਹੋਟਨਸ ਅਤੇ ਉਹ ਤੋਂ ਬਾਅਦ ਇਹ ਸਭ ਤੋਂ ਵਧੀਆ ਦੀ ਗੱਲ ਹੈਗੀ ਆ ਇਹ ਸਟੇਸ਼ਨ ਤੋਂ ਬਹੁਤ ਜ਼ਿਆਦਾ ਲੱਗ ਗਿਆ ਓਨਲੀ 5 ਫੋਰ ਵੋਕ ਆ ਇਹਦੀ ਸਟੇਸ਼ਨ ਤੋਂ ਅਤੇ ਇਹ ਬਹੁਤ ਪੈਸੀਫਿਕ ਸੈਂਟਰਲ ਵੀ ਇੱਥੋਂ ਲੱਗ ਗਈ ਆ ਪੈਸੀਫਿਕ ਸੈਂਟਰਲ ਬਹੁਤ ਜ਼ਿਆਦਾ
ਵੱਡਾ ਸਟੇਸ਼ਨ ਆ, ਬੱਸ ਸਟੇਸ਼ਨ ਆ ਅਤੇ ਟ੍ਰੇਨ ਸਟੇਸ਼ਨ ਵੀ ਆ, ਤੁਸੀਂ ਉੱਥੋਂ ਟ੍ਰੇਨ ਲੈ ਸਕਦੇ ਹਾਂ ਟੋਰੋਂਟੋ ਤੱਕ, ਟ੍ਰੇਨ ਲੈ ਟੋਰੋਂਟੋ ਤੱਕ ਟ੍ਰੇਨ ਲੈ ਸਕਦੇ ਹਾਂ, ਉੱਥੋਂ ਲਾਗੇ ਹੀ ਆ ਸਾਡੇ, ਆ ਪਿੱਛੇ ਹੀ ਆ, ਮੈਂ ਹੁਣ ਕੋਲੰਬੀਆ ਕਾਲਜ ਦੇ ਵਿੱਚ ਹੀ ਬੈਠਾ ਹਾਂ ਜਦੋਂ ਵੀਡੀਓ ਸ਼ੂਟ ਕਰ ਰਹੇ ਹਾਂ, ਅਤੇ ਇਹਦੇ ਆਲੇ ਦੁਆਲੇ ਇਹ ਸਾਇੰਸ ਵਰਲਡ ਆ ਜੋ ਕਿ ਬਹੁਤ ਸੋਹਣਾ ਆ, ਅਤੇ ਉਹਦੇ ਦੁਆਲੇ ਜਿਹੜਾ ਪਾਣੀ ਆ ਇੰਨਾ ਸੋਹਣਾ ਲੱਗਦਾ, ਮੈਂ ਹੁਣ ਤੁਸੀਂ ਦੇਖ ਸਕਦੇ ਹਾਂ ਜਿੱਦਾਂ ਕਿ ਵੀਡੀਓ ਦੇ ਵਿੱਚ ਮੈਂ ਪਾਇਆ ਹੋਇਆ ਆ, ਅਤੇ ਪਲੱਸ ਇੱਥੇ ਨਾਲ ਪਾਰਕ ਵੀ ਹੈਗੀ ਆ ਸਾਇੰਸ ਵਰਲਡ ਦੇ ਲਾਗੇ। ਓਵਰਆਲ ਕੋਲਜ ਬਹੁਤ ਸੋਹਣਾ ਆ, ਲੋਕੇਸ਼ਨ ਬਹੁਤ ਸੋਹਣੀ ਆ, ਅਤੇ ਕੋਲਜ ਕਹਿੰਦਾ ਆ ਕਿ ਇਹ ਵੈਨਕੂਵਰ ਦੇ ਦਿਲ ਦੇ ਵਿੱਚ ਆ ਆਹ ਵਾਲਾ ਕੋਲਜ। ਅਤੇ ਜਿੱਦਾਂ ਲੋਕ ਕਈ ਪੁੱਛਦੇ ਹੁੰਦੇ ਆ ਕਿ ਤੁਸੀਂ ਜਦੋਂ ਇੰਡੀਆ ਤੋਂ ਆਉਂਦੇ ਆ ਤਾਂ ਤੁਹਾਡੀ ਡਿਗਰੀ ਕਿਹੜੀ ਹੁੰਦੀ ਆ, ਡਿਗਰੀ ਮੈਂ ਕਿਹੜੀ ਕਰਕੇ ਆਵਾਂ, ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੂੰਗਾ ਇੱਕ ਗੱਲ ਬਹੁਤ ਜ਼ਿਆਦਾ ਜ਼ਰੂਰੀ ਆ, ਜੇ ਤੁਸੀਂ ਅਪਲਾਈ ਕਰਦੇ ਹਾਂ, ਫੋਰ ਐਗਜ਼ਾਮਪਲ ਜੇ ਤੁਸੀਂ ਬਿਜ਼ਨਸ ਕੀਤੀ ਸੀਗੀ ਤਾਂ ਤੁਸੀਂ ਬਿਜ਼ਨਸ ਦੀ ਡਿਗਰੀ ਲੈ ਕੇ ਆਓ, ਜੇ ਤੁਸੀਂ ਆਰਟਸ ਕੀਤੀ ਇੰਡੀਆ ਤਾਂ ਜਨਰਲ ਆਰਟਸ ਦੀ ਡਿਗਰੀ ਲੈ ਕੇ ਆਓ, ਕਿਉਂਕਿ ਤੁਹਾਨੂੰ ਰਿਫਿਊਜ਼ਲ ਦੇ ਸਕਦੇ ਆ ਕੈਨੇਡਾ ਐਮਬੈਸੀ ਵਾਲੇ ਕਿ ਤੁਸੀਂ ਕਿਤ ਪਹਿਲਾਂ ਕੀ ਕੀਤਾ, ਹੁਣ ਤੁਸੀਂ ਕੀ ਕਰਨ ਜਾ ਰਹੇ ਹਾਂ, ਅਤੇ ਇੱਕ ਵਾਰ ਤੁਸੀਂ ਇੱਥੇ ਆ ਜਾਓ ਫਿਰ ਤੁਸੀਂ ਜਿੱਦਾਂ ਮਰਜ਼ੀ ਚੇਂਜ ਕਰੀ ਜਾਓ, ਭਾਵੇਂ ਤੁਸੀਂ ਰੋਜ਼ ਹੀ ਚੇਂਜ ਕਰੀ ਜਾਓ, ਕਿਉਂਕਿ ਫਿਰ ਤਾਂ ਬਹੁਤ ਸੌਖਾ, ਤੁਸੀਂ ਬਸ ਸਟੂਡੈਂਟ ਸਰਵਿਸਿਸ ਕੋਲ ਜਾਣਾ, ਉਹਨਾਂ ਨੂੰ ਕਹਿਣਾ ਕਿ ਮੇਰੀ ਡਿਗਰੀ ਚੇਂਜ ਕਰ ਦਿਉ, ਇਹੀ ਆ ਬਹੁਤ ਸੌਖਾ ਆ। ਅਤੇ ਕੋਲਜ ਦੀ ਲੋਕੇਸ਼ਨ ਤਾਂ ਤੁਸੀਂ ਜਿੱਦਾਂ ਆਲੇ ਦੁਆਲੇ ਮੈਂ ਦਿਖਾਈ ਰਿਹਾ ਉੱਪਰ, ਜਿੱਦਾਂ ਤੁਹਾਨੂੰ ਤੁਸੀਂ ਦੇਖ ਸਕਦੇ ਹਾਂ ਆਹ ਸਾਰਾ ਕੋਲਜ ਦੇ ਆਲੇ ਦੁਆਲੇ ਆ, ਕੋਲਜ ਦਾ ਜਿੱਦਾਂ ਵੀ ਤੁਹਾਨੂੰ ਮੈਂ ਏਰੀਆ ਦਿਖਾਇਆ ਸਾਰਾ ਵਿਦਇਨ 5 ਮਿੰਟਸ ਅਪਰੋਚੇਬਲ ਆ, ਇਸ ਜਿੰਨਾ ਵੀ ਤੁਹਾਨੂੰ ਮੈਂ ਏਰੀਆ ਦਿਖਾ ਰਿਹਾ ਹਾਂ। ਇਸ ਕੋਲਜ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਆ, ਇਹਦੇ ਵਿੱਚ ਬਿਜ਼ਨਸ ਦੇ ਕੋਰਸ ਵੀ ਹੈਗੇ ਆ, ਇਨਵਾਇਰੋਮੈਂਟਲੀ ਦੇ ਇਨਵਾਇਰੋਮੈਂਟਲਿਸਟ ਦੇ ਕੋਰਸ ਵੀ ਹੈਗੇ ਆ, ਇਹਦੇ ਵਿੱਚ ਜਨਰਲ ਆਰਟਸ ਦੇ ਹੈਗੇ, ਇਹ 'ਚ ਮੈਡੀਕਲ ਦੇ ਹੈਗੇ ਆ, ਇਹਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਦੇ ਹੈਗੇ, ਸਾਈਕੋਲੋਜੀ ਦੇ ਹੈਗੇ ਆ, ਪੋਲੀਟੀਕਲ ਸਾਇੰਸ ਦੇ ਹੈਗੇ ਆ, ਅਤੇ ਹੋਰ ਵੀ ਬਹੁਤ ਹੈਗੇ ਜੋ ਕਿ ਵੈਬਸਾਈਟ ਦੇ ਉੱਤੇ ਹੈਗੇ ਆ, ਅਤੇ ਤੁਸੀਂ ਵੈਬਸਾਈਟ ਵੀ ਦੇਖ ਸਕਦੇ ਹਾਂ ਕੋਲਜ ਦੀ। ਅਤੇ ਅਕਸਰ ਲੋਕ 3 ਤੋਂ 4 ਕੋਰਸ ਲੈਂਦੇ ਯੂਸ਼ੁਅਲੀ, ਅਤੇ ਸੌਖਾ ਆ ਯੂਸ਼ੁਅਲੀ ਜਦੋਂ ਲੋਕ ਇੰਗਲਿਸ਼ 100 ਕਰਦੇ ਆ ਉਦੋਂ ਮੈਂ ਸੁਜੈਸਟ ਕਰੂੰਗਾ ਕਿ 3 ਕੋਰਸ ਲੈਵੇ, ਕਿਉਂਕਿ ਇੰਗਲਿਸ਼ 100 ਦਾ ਬਰਡਨ ਬਹੁਤ ਹੁੰਦਾ ਆ। ਇਸ ਕੋਲਜ ਦੇ ਲੈਕਚਰਰਸ ਵੀ ਸਾਰੇ ਚੰਗੇ ਆ, ਜੇ ਤੁਸੀਂ ਪੜੂੰਗੇ ਤਾਂ ਪਾਸ ਤਾਂ ਹੋਣਾ ਹੀ ਹੋਣਾ ਆ, ਜੇ ਤੁਸੀਂ ਨਹੀਂ ਪੜ੍ਹਨਾ ਤਾਂ ਤੁਸੀਂ ਫੇਲ ਵੀ ਹੋ ਸਕਦੇ ਆ। ਇਹ 6 ਦਿਨ ਕੋਲਜ ਖੁੱਲ੍ਹਦਾ ਆ, ਅਤੇ ਯੂਸ਼ੁਅਲੀ ਲੋਕ 2 ਦਿਨ ਦੀ ਕਲਾਸਾਂ ਲੈਂਦੇ ਆ, ਫੋਰ ਐਗਜ਼ਾਮਪਲ ਮੰਡੇ, ਥਰਸਡੇ, ਟਿਊਜ਼ਡੇ, ਫਰਾਈਡੇ ਅਤੇ ਵੈਨਸਡੇ, ਸੈਟਰਡੇ। ਅਤੇ ਹਰ ਇੱਕ ਕੋਰਸ ਦੀ ਕਲਾਸ 4 ਘੰਟੇ ਦੀ ਹੁੰਦੀ ਹੈ, ਇੱਕ ਹਫ਼ਤੇ ਦੀ 2 ਘੰਟੇ ਹੁੰਦੀ ਹੈ ਇੱਕ ਦਿਨ, ਦੂਜੇ 2 ਘੰਟੇ ਹੁੰਦੀ ਹੈ ਦੂਜੇ ਦਿਨ। ਇੱਕ ਬੱਚਾ ਆ ਉਹਦਾ ਨਾਮ ਜਸ਼ਨ ਆ, ਉਹਨੇ ਕਲਾਸਾਂ ਲਾਈਆਂ ਮੰਡੇ ਨਾਲ ਹੀ ਥਰਸਡੇ, ਫੋਰ ਐਗਜ਼ਾਮਪਲ ਉਹਨੇ ਲਈ ਆ ਮੈਥ, ਅਤੇ ਮੈਥ ਦੀ 2 ਘੰਟੇ ਦੀ ਕਲਾਸ ਹੋਣੀ ਆ ਮੰਡੇ ਨੂੰ, 2 ਘੰਟੇ ਹੋਣੀ ਆ ਥਰਸਡੇ ਨੂੰ, ਇੱਦਾਂ ਹੀ ਚੱਲਦਾ ਰਹਿੰਦਾ, ਨਾਲੇ ਇੱਦਾਂ ਹੀ ਸਕੈਜੂਲ ਸੈੱਟ ਹੋ ਜਾਂਦੇ ਆ ਜਿੱਦਾਂ, ਕਿਉਂਕਿ ਮੈਥ ਆ ਗਈ ਪਿੱਛੇ ਵਿੱਚ, ਨਾਲ ਹੀ ਇੰਗਲਿਸ਼ ਆ ਗਈ, ਨਾਲ ਹੀ ਤੁਹਾਡਾ ਬਿਜ਼ਨਸ ਆ ਗਿਆ ਜਾਂ ਤੁਹਾਡੇ ਅਕਾਊਂਟਿੰਗ ਦਾ ਕੋਰਸ ਆ ਗਿਆ, ਉਹ ਵੀ ਤਿੰਨੋਂ ਜਿੱਦਾਂ 1 8 ਵਜੇ, 1 12 ਵਜੇ, 1 2 ਵਜੇ ਕੋਰਸ, ਇੱਦਾਂ ਤੁਸੀਂ ਲਾਈਨਅਪ ਕਰ ਸਕਦੇ ਹੋ ਆਪਣਾ ਕੋਰਸ, ਜੋ ਕਿ ਸਿੰਪਲ ਹੋ ਜਾਂਦਾ, ਜਿੱਦਾਂ ਦਾ ਤੁਹਾਡੇ ਕ੍ਰੈਡਿਟਸ ਵਧੀ ਜਾਂਦੇ ਆ ਉਦੋਂ ਦਾ ਤੁਸੀਂ ਜ਼ਿਆਦਾ ਵਧੀਆ ਵਧੀਆ ਕੋਰਸ ਲੈ ਸਕਦੇ ਹਾਂ, ਕਿਉਂਕਿ ਇੱਥੇ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਅਕੋਰਡਿੰਗ ਟੂ ਕ੍ਰੈਡਿਟਸ ਹੁੰਦੀ ਆ, ਜਿਹਦੇ ਕ੍ਰੈਡਿਟਸ ਜ਼ਿਆਦਾ ਆ ਉਹਨੂੰ ਪਹਿਲਾਂ ਓਪਰਚੁਨਿਟੀ ਮਿਲਦੀ ਆ ਕੋਰਸ ਲੈਣ ਦੇ ਲਈ। ਹੁਣ ਗੱਲ ਕਰਦੇ ਹਾਂ ਕੋਲਜ ਦੀ ਫੀਸ ਬਾਰੇ, ਤਾਂ ਇਹਦੇ ਵਿੱਚ ਤੁਹਾਨੂੰ 20 ਕੋਰਸਿਸ ਜੇ ਤੁਸੀਂ ਕਰਦੇ ਹਾਂ ਤਾਂ ਤੁਹਾਨੂੰ ਕਰਨੇ ਪੈਂਦੇ ਆ 61 ਕ੍ਰੈਡਿਟ ਕਰਨੇ ਪੈਂਦੇ ਆ ਤੁਹਾਨੂੰ ਇਹਦੇ ਵਿੱਚ। ਹੁੰਦਾ ਇੱਕ ਕੋਰਸ ਦੇ ਵਿੱਚ ਹੁੰਦੇ 3 ਕ੍ਰੈਡਿਟ, ਨੋਰਮਲ ਕੋਰਸ ਵਿੱਚ 3 ਕ੍ਰੈਡਿਟ ਹੁੰਦੇ ਆ, ਅਤੇ ਜੇ ਇੱਕ ਤੁਸੀਂ ਲੈਬ ਕੋਰਸ ਕਰਦੇ ਆ ਉਹਦੇ ਹੁੰਦੇ ਆ 4 ਕ੍ਰੈਡਿਟ, ਫੋਰ ਐਗਜ਼ਾਮਪਲ ਬਾਇਓ ਲੈਬ ਕਰ ਲਈ ਉਹਦੇ ਹੁੰਦੇ 4 ਕ੍ਰੈਡਿਟ, ਮਤਲਬ ਟੋਟਲ ਤੁਹਾਨੂੰ 61 ਚਾਹੀਦੇ ਆ, ਮਤਲਬ ਤੁਹਾਨੂੰ ਚਾਹੀਦਾ 19 ਰੈਗੂਲਰ, 19 ਤੁਹਾਨੂੰ ਚਾਹੀਦਾ ਨੋਰਮਲ ਕੋਰਸਿਸ, ਅਤੇ ਤੁਹਾਨੂੰ 1 ਚਾਹੀਦਾ ਆ ਲੈਬ ਕੋਰਸ ਜੋ ਕਿ ਬਾਇਓ ਲੈਬ ਹੋ ਗਈ ਜਾਂ ਕੈਮ ਲੈਬ ਹੋ ਗਈ, ਇੱਦਾਂ ਦਾ ਕੋਰਸ ਚਾਹੀਦਾ। ਹੁਣ ਦੇਖਦੇ ਹਾਂ ਇਹਦੀ ਕਿੰਨੀ ਵੈਲਿਊ ਆ ਇਸ ਕੋਲਜ ਵਿੱਚ ਪੜ੍ਹਨ ਦੇ ਲਈ, 61 × 5 70, ਕਿਉਂਕਿ 1 ਕ੍ਰੈਡਿਟ ਦਾ ਪ੍ਰਾਈਸ 570 ਆ, ਜੋ ਕਿ ਤੁਹਾਨੂੰ 34,770 ਬਣਦਾ ਆ, ਪਰ ਹਰ ਇੱਕ ਸਮੈਸਟਰ ਇਹਦੀ $35 ਐਕਟੀਵਿਟੀ ਫੀ ਹੁੰਦੀ ਆ, ਮਤਲਬ ਜੇ ਤੁਸੀਂ 6 ਕੋਰਸ ਕਰਦੇ ਹਾਂ ਤਾਂ ਤੁਹਾਡੀ ਐਕਟੀਵਿਟੀ ਫੀ ਬਣ ਜਾਂਦੀ ਆ $210 ਪਲੱਸ 37,770, ਤਾਂ ਟੋਟਲ ਹੋ ਗਿਆ 37,980 ਪਲੱਸ, ਜੇ ਤੁਸੀਂ ਨਵੇਂ ਆਉਂਦੇ ਆ ਤੁਹਾਡੇ ਉੱਤੇ ਗਾਰਡਮੀ ਦਾ ਇੰਸ਼ੋਰੈਂਸ ਹੁੰਦੀ ਹੈ ਤੁਹਾਡੀ, ਕਿਉਂਕਿ ਤੁਹਾਡੇ ਕੋਲ MSP ਨਹੀਂ ਹੁੰਦਾ ਉਸ ਟਾਈਮ 'ਤੇ, ਤੁਹਾਡੀ ਉਹ ਹੁੰਦੀ ਆ 165 ਦੀ, 38,200 ਦੇ ਲਾਗੇ ਛਾਗੇ ਹੋ ਜਾਂਦਾ ਆ ਤੁਹਾਡੀ ਗਾਰਡਮੀ ਦੀ ਇੰਸ਼ੋਰੈਂਸ ਪਾ ਕੇ।
$38,200 ਦੇ ਕਰੀਬ ਖਰਚਾ ਤੁਹਾਡਾ ਉਦੋਂ ਹੁੰਦਾ ਆ ਜਦੋਂ ਤੁਸੀਂ ਕੋਈ ਕੋਰਸ ਫੇਲ ਨਹੀਂ ਕਰਦੇ। ਪਰ ਅਨਫੋਰਚੁਨੇਟਲੀ ਕਈ ਬੱਚੇ ਕੰਮ ਦੇ ਵੱਲ ਧਿਆਨ ਜ਼ਿਆਦਾ ਦੇ ਕੇ ਜਾਂ ਕਿਤੇ ਹੋਰ ਪਾਸੇ ਧਿਆਨ ਦੇ ਕੇ ਉਹ ਇੰਨਾ ਕੋਨਸਨਟ੍ਰੇਟ ਨਹੀਂ ਕਰਦੇ ਸਟੱਡੀ ਦੇ ਉੱਤੇ, ਜੋ ਕਿ ਫਿਰ ਕੋਈ ਨਾ ਕੋਈ ਬੱਚਾ ਗਲਤੀ ਨਾਲ ਹੀ ਹੁੰਦਾ ਫੇਲ, ਗਲਤੀ ਨਾਲ ਫੇਲ ਹੋ ਜਾਂਦਾ ਆ। ਅਤੇ ਇਹ ਤੁਸੀਂ ਅਵੋਇਡ ਕਰ ਸਕਦੇ ਹਾਂ ਬਸ ਕਲਾਸ ਅਟੈਂਡ ਕਰਕੇ, ਅਤੇ ਬਸ ਜੇ ਤੁਸੀਂ ਕਲਾਸ ਅਟੈਂਡ ਕਰਦੇ ਹਾਂ ਤੁਸੀਂ ਫੇਲ ਨਹੀਂ ਹੋ ਸਕਦੇ। ਫੇਲ ਬੰਦਾ ਉਦੋਂ ਹੀ ਹੁੰਦਾ ਆ ਉੱਥੇ ਜਦੋਂ ਤੁਸੀਂ ਕਲਾਸਾਂ ਮਿਸ ਕਰਨ ਲੱਗ ਜਾਂਦੇ ਹਾਂ। ਇਹ ਜਦੋਂ ਤੁਸੀਂ ਕਲਾਸਾਂ ਮਿਸ ਕਰਨ ਲੱਗ ਸਕਦੇ ਹਾਂ, ਇਹ ਨਿਸ਼ਾਨੀ ਆ ਤੁਹਾਡੇ ਫੇਲ ਹੋਣ ਦੀ। ਤੁਸੀਂ ਪਾਸ ਹੋ ਸਕਦੇ ਹਾਂ, ਪਰ ਜੇ ਤੁਸੀਂ ਫੇਲ ਹੋ ਜਾਂ ਕੋਈ ਸਬਜੈਕਟ, ਤੁਸੀਂ ਆਪਣੇ ਆਪ ਨੂੰ ਪੁੱਛਿਓ ਇੱਕ ਵਾਰੀ ਕਿ ਤੁਸੀਂ ਕਲਾਸਾਂ ਮਿਸ ਕੀਤੀਆਂ ਸੀਗੀਆਂ। ਜੇ ਕੀਤੀਆਂ ਸੀਗੀਆਂ ਤਾਂ ਯੂ ਹੈਵ ਯੂਰ ਆਨਸਰ। ਮਤਲਬ ਇੰਨਾ ਔਖਾ ਨਹੀਂ ਗਾ, ਬਸ ਜੇ ਤੁਸੀਂ ਕਲਾਸਾਂ ਲਾਓਗੇ ਤਾਂ ਤੁਸੀਂ ਪਾਸ ਆ। ਜੇ ਤੁਹਾਡੇ ਕੋਲ ਕੋਈ ਹੋਰ ਕੁਸ਼ਚਨ ਹੈਗਾ ਜੇ ਰਿਗਾਰਡਿੰਗ ਕੋਲੰਬੀਆ ਕਾਲਜ, ਜਿਹੜਾ ਮੈਂ ਕਵਰ ਨਹੀਂ ਕੀਤਾ, ਕਮੈਂਟਾਂ 'ਚ ਮੈਨੂੰ ਦੱਸ ਦਿਓ।